ਅੱਜ ਲਹਿਰਾ ਮੁਹੱਬਤ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਪੰਜਾਬ ਸਰਕਾਰ ਦੇ ਝੂਠੇ ਵਾਅਦੇ ਲਾਰਿਆਂ ਦਾ ਘੜਾ ਭੰਨ ਕੇ ਰੋਸ ਵਿਖਾਵਾ ਕੀਤਾ। ਇਸ ਮੌਕੇ ਮੋਰਚੇ ਦੇ ਸਵਾਈ ਆਗੂ ਜਗਰੂਪ ਸਿੰਘ ਨੇ ਸੰਬੋਧਨ ਕੀਤਾ। ਔਰਤ ਆਗੂ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੱਤੀ। ਆਓ ਸਾਂਝਾ ਟੀ ਵੀ ਪੰਜਾਬ ਤੋਂ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਰਕਾਰਾਂ ਤੋਂ ਨਾ ਜਾਗ ਕਰੋ, ਆਪਣੀ ਰਾਖੀ ਯਾਦ ਕਰੋ। ਸਰਕਾਰਾਂ ਤੋਂ ਨਾ ਜਾਗ ਕਰੋ, ਆਪਣੀ ਰਾਖੀ ਯਾਦ ਕਰੋ। ਠੇਕਾ ਪਾਰਟੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਬੰਦ ਕਰੋ, ਬੰਦ ਕਰੋ। ਪੰਜਾਬ ਕੀ ਹੋ ਗਿਆ? ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਜੇ ਮੁਲਾਜ਼ਮ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਚੰਨੀ ਸਰਕਾਰ ਮੁਰਦਾਬਾਦ, ਕੜਾ ਸੁ ਚੰਨੀ ਸਰਕਾਰ ਮੁਰਦਾਬਾਦ। ਭੈਣ ਜੀ, ਜੋ ਅੱਜ ਪ੍ਰੋਗਰਾਮ ਸੀਗਾ ਇਹ ਕਿਸ ਸੰਬੰਧ ਵਿੱਚ ਸੀਗਾ ਤੁਹਾਡਾ, ਜਿਹੜਾ ਇਹ ਤੁਸੀਂ ਅਸੀਂ ਦੇਖਿਆ ਵੀ ਘੜਾ ਭੰਨਿਆ ਗਾ ਇੱਥੇ, ਕਿਸ ਸੰਬੰਧ ਵਿੱਚ ਭੰਨਿਆ? ਇਹ ਪੰਜਾਬ ਸਰਕਾਰ ਜਿਹੜਾ ਚਰਨਜੀਤ ਚੰਨੀ ਆ ਉਹ ਕਹਿੰਦਾ ਮੈਂ 100 ਦਿਨ ਦੇ ਵਿੱਚ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰੂੰਗਾ, ਪਰ ਉਹਨੇ ਕੱਚੇ ਮੁਲਾਜ਼ਮ ਪੱਕੇ ਦਾ ਕੀ ਕਰਨੇ ਸੀ, ਸਿਰਫ ਉਹਨੇ ਇਕੱਲੇ ਵਾਅਦੇ ਹੀ ਕੀਤੇ ਸੀ। ਅਤੇ ਅਸੀਂ ਉਹਦੇ ਨਾਲ ਬਹੁਤ ਵਾਰੀ ਮੀਟਿੰਗਾਂ ਕੀਤੀਆਂ, ਉਹਦੇ ਸ਼ਹਿਰ ਦੇ ਵਿੱਚ ਵੀ ਬੈਠੇ ਰਹੇ ਹਾਂ 45 ਦਿਨ, ਅਤੇ ਉਹਨੇ ਸਾਡੇ 75 ਦਿਨ, ਅਤੇ ਅਸੀਂ ਉਹਨੂੰ 45 ਮੰਗ ਪੱਤਰ ਵੀ ਦਿੱਤੇ ਆ। ਅਤੇ ਹੁਣ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਹਾਂ ਮੈਂ ਤੁਹਾਡੇ ਜਿਹੜੇ ਵੀ ਵਾਅਦੇ ਆ ਮੈਂ ਪੂਰੇ ਕਰੂੰਗਾ। ਅਤੇ ਅਸੀਂ ਚੰਡੀਗੜ੍ਹ ਉਹਦੇ ਨਾਲ ਮੀਟਿੰਗ ਕਰਨ ਵੀ ਗਏ ਸੀ, ਅਤੇ ਉਹਨੇ ਕਿਹਾ ਸੀ ਤੁਹਾਡੀ ਜਿਹੜੀ ਵੀ ਮੰਗ ਆ ਮੈਂ ਪੂਰੀ ਕਰੂੰਗਾ, ਚਾਹੇ ਮੈਂ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਮਹਿਕਮੇ 'ਚ ਲਊਂਗਾ, ਅਤੇ ਉਹਨਾਂ ਦੀ 45% ਤਨਖਾਹ ਦੇ ਵਿੱਚ ਵਾਧਾ ਕਰੂੰਗਾ। ਅਤੇ ਉਹਨੇ ਸਿਰਫ ਸਾਨੂੰ ਹੁਣ ਚੋਣ ਜ਼ਾਬਤਾ ਲੱਗ ਗਿਆ, ਚੋਣ ਜ਼ਾਬਤਾ ਲੱਗਣ ਕਰਕੇ ਉਹ ਕਹਿ ਰਿਹਾ ਵੀ ਹਾਂ ਮੈਂ ਤੁਹਾਡੇ ਹੁਣ ਵਾਅਦੇ ਪੂਰੇ ਨਹੀਂ ਕਰ ਸਕਦੇ ਹੈਗੇ। ਇਹ ਚੰਨੀ ਸਰਕਾਰ ਸਿਰਫ ਕਹਿ ਰਿਹਾ ਮੈਂ ਗਰੀਬਾਂ ਦਾ ਮਸੀਹਾ ਵਾਂ, ਪਰ ਨਹੀਂ, ਸਿਰਫ ਕਹਿਣ ਦੀਆਂ ਗੱਲਾਂ ਨੇ, ਕਿਉਂਕਿ ਅਸੀਂ ਉਹਦੇ ਨਾਲ ਬਹੁਤ ਮੀਟਿੰਗਾਂ ਕੀਤੀਆਂ, ਉਹਨੇ ਸਾਡੀ ਮੀਟਿੰਗ ਦਾ ਇੱਕ ਦਾ ਵੀ ਕੋਈ ਮਸਲੇ ਦਾ ਹੱਲ ਨਹੀਂ ਕੀਤਾ। ਇਸ ਕਰਕੇ ਅੱਜ ਅਸੀਂ ਉਹਦੇ ਪਾਪਾਂ ਦਾ ਘੜਾ ਭੰਨਣ ਆਏ ਸੀ। ਅਸੀਂ ਅੱਜ ਉਹ ਜਿਹੜੇ ਝੂਠ ਬੋਲ ਬੋਲ ਕੇ ਵਾਅਦੇ ਕਰਦਾ ਲੋਕਾਂ ਨੂੰ ਕਹਿ ਰਿਹਾ, ਅਸੀਂ ਉਹਦੇ ਵਾਅਦਿਆਂ ਦਾ ਅੱਜ ਘੜਾ ਭੰਨਿਆ ਕਿ ਵੀ ਹਾਂ ਇਹ ਸਰਕਾਰਾਂ ਸਾਨੂੰ 70-75 ਸਾਲਾਂ ਤੋਂ ਲੁੱਟ ਰਹੀਆਂ ਨੇ, ਅਤੇ ਸਿਰਫ ਸਾਡੇ ਨਾਲ ਵਾਅਦੇ ਕਰਦੀਆਂ ਅਤੇ ਕੱਚੇ ਰੁਜ਼ਗਾਰ ਦਾ ਕੋਈ ਵੀ ਪ੍ਰਬੰਧ ਨਹੀਂ ਕਰਦੇ। ਅਗਲਾ ਸੰਘਰਸ਼ ਕੀ ਹੋਊਗਾ ਜੀ ਤੁਹਾਡਾ? ਸਾਡਾ ਅਗਲਾ ਸੰਘਰਸ਼ ਇਹੀ ਹੋਊਗਾ, ਜਦੋਂ ਇਹ ਪਿੰਡਾਂ ਦੇ ਵਿੱਚ ਆਉਣਗੇ ਤਾਂ ਇਹਨਾਂ ਨਾਲ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਇਹੀ ਸਵਾਲ ਪੁੱਛਾਂਗੇ, ਜਿਹੜੇ ਸਾਡੇ ਨਾਲ 5 ਸਾਲ ਪਹਿਲਾਂ ਤੁਸੀਂ ਕੱਚੇ ਰੁਜ਼ਗਾਰ ਦਾ ਪਰ ਕਿਹਾ ਸੀ ਵੀ ਪੱਕੇ ਕਰਾਂਗੇ, ਅਤੇ ਜਿਹੜੇ ਘਰ ਘਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਊਗਾ ਅਤੇ ਬੁਢਾਪਾ ਪੈਨਸ਼ਨ ਦਿੱਤੀ ਜਾਊਗੀ 2500 ਰੁਪਈਆ, ਅਤੇ ਅਸੀਂ ਹਰ ਇੱਕ ਮਸਲੇ ਦਾ ਹੱਲ ਕਰਾਂਗੇ, ਪਰ ਇਹਨਾਂ ਨੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ। ਅਤੇ ਹੁਣ ਸਾਨੂੰ ਵੋਟਾਂ ਦਾ ਕਹਿ ਕੇ ਚੋਣ ਜ਼ਾਬਤਾ ਕਹਿ ਕੇ ਇਹ ਸਾਨੂੰ ਇਹ ਕਹਿ ਰਹੇ ਆ ਵੀ ਹਾਂ ਤੁਸੀਂ ਰੈਲੀਆਂ ਕੁਛ ਨਹੀਂ ਕਰ ਸਕਦੇ, ਪਰ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ, ਇਹਨਾਂ ਦਾ ਭਾਜਪਾ ਵਾਲਾ ਹੱਲ ਕਰਾਂਗੇ।